ਪਹਿਲਾ ਫਸਟ ਇਅਰ ਦਾ ਜ਼ਿਆਦਾ ਧਿਆਨ ਪੜ੍ਹਾਈ ਤੇ ਨਹੀਂ ਘੱਟ ਹੁੰਦਾ ਸੀ ਕੱਪੜ ਡਰੈਸਿੰਗ ਸੈਂਸ ਤੇ ਨਹੀਂ ਧਿਆਨ ਜ਼ਿਆਦਾ ਹੁੰਦਾ ਸੀ ਟੌਰ ਕੱਟ ਕੇ ਜਾਣਾ ਹੁਣ ਇਹ ਪਤਾ ਲੱਗਿਆ ਜੀ ਤਾਂ ਕੋਈ ਮੈਟਰ ਨਹੀਂ ਕਰਦੀ ਸਰ ਮੈਂ ਡੇਲੀ ਆਪਣੇ ਪਿੰਡ ਤੋਂ 3 ਕਿਲੋਮੀਟਰ ਸਾਈਕਲ ਤੇ ਜਾਣਾ ਸਾਈਕਲ ਬਸ ਆਉਂਦਾ ਉੱਥੋਂ ਬਸ ਜਾਣਾ ਪਰ ਇਹ ਸੋਚਿਆ ਨਹੀਂ ਕਿ ਸਾਈਕਲ ਤੇ ਜਾਊਂਗਾ ਬਾਈਕ ਘਰੇ ਖੜੀ ਕਹਿੰਦੇ ਮੈਨੂੰ ਕਹੀ ਜਾਂਦੇ ਪਿੰਡ ਦੇ ਮੁੰਡੇ ਉਹ ਸੂਟ ਦੇ ਨੂੰ ਪੜਾਈ ਮੈਂ ਯਾਰ ਜਦ ਲੋੜ ਪਊਗੀ ਉੱਥੇ ਵੀ ਚੱਲੇ ਆਵਾਂਗੇ ਜਿੰਮ ਜੇ ਜਾ ਕੇ ਸਾਈਕਲ ਚਲਾਉਂਦੇ ਆ ਤੇ ਨਾਲ ਆਪਾਂ ਸਾਈਕਲ ਤੇ ਵੀ ਬੈਟਰ ਕੋਈ ਵੀ ਲੈਣੀ ਹੁੰਦਾ ਤਾਂ ਬੇਇੱਜ਼ਤੀ ਵਾਲੀ ਕੋਈ ਮਹਿਸੂਸ ਨਹੀਂ ਹੁੰਦਾ ਇੱਕ ਸਾਈਕਲ ਦੀ ਮੈਂ ਤੇ ਮੇਰੇ ਭਾਈ ਦੋਨੇ ਜਾਣੇ ਟੌਰ ਮੈਂ ਜਾਣੇ ਕੋਈ ਬੇਇੱਜ਼ਤੀ ਵਾਲੀ ਪਹਿਲਾਂ ਬੇਇੱਜ਼ਤੀ ਫੀਲ ਹੁੰਦੀ ਉਹਨੂੰ ਪਤਾ ਲੱਗੇ ਵੀ ਇਹਦੀ ਗਲਤ ਕੀ ਹੈ ਗਲਤ ਤਾਂ ਕੁਝ ਵੀ ਨਹੀਂ ਆ ਇਹ ਤਾਂ ਆਪਣੀ ਸੋਚ ਹੁੰਦੀ ਹੈ ਜੀ और कार्स के रिलेटेड एक मेरे पास है कि मेरे को कार्स का बहुत शौक था तो मैं पापा को बोला मैंने पापा कार लेनी है मेरा आइडिया था कि नॉट लेस देन 15 लाख कार लेनी है तो बट एचपी पढ़ने के बाद लगा गगन सर से बात हुई कि संजीव सर से भी कि क्या जरूरत क्या संजीव सर ने मेरे से क्वेश्चन पूछा कि जरूरत क्या है मैं सर वैसे तो ट्रैवलिंग है कहते बड़ी दिक्कत है मैं हाँ सर चलो ट्रैवलिंग के लिए चाहिए कह रहे वही जरूरत चलेगी सारी गाड़ियाँ वही जरूर 5-6 लाख की गाड़ी में भी हो जाएगी वही जरूर 15 लाख की गाड़ी में भी सिर्फ एक कह लो कि फुकरी मारने के लिए वो गाड़ी ले रहा था मैं तो उसके बाद मैं नीचे 7-8 लाख गया और एच भी पड़ी तो अभी मैंने जो बात जो प्रेजेंट कार की मैं उसी में अभी खुश हूँ उसके बारे में मेरा ख्याल ही नहीं आता अभी इतना कुछ ਪਰ ਹੋਰ ਵੀ ਦੇਖ ਸਕਦੇ ਖੇਤੀ 'ਚ ਵੀ ਸਰ ਤੁਸੀਂ ਆਪਣੇ ਸੈਟਿਸਫਾਈ ਹੋ ਸਕਦੇ ਆ ਸਰ ਕੰਟੈਂਟ ਸਮਝਾਉਣ ਦੀ ਗੱਲ ਜੀ ਮਤਲਬ ਸਰ ਉਹੀ ਸੈਟਿਸਫੈਕਸ਼ਨ ਤਾਂ ਉਸ ਤੋਂ ਵੀ ਆ ਸਕਦੀ ਹੈ ਵੀ ਸਮਝਾ ਸਕੀ ਪਿੰਡਾਂ ਪਿੰਡਾਂ ਜਾ ਕੇ ਵੀ ਵਧੀਆ ਖੇਤੀ ਕਰੋ ਆਪਣੀ ਬਹੁਤ ਸਾਧਨ ਬਹੁਤ ਜ਼ਿਆਦਾ ਨੇ ਪਰ ਸਰ ਆਪਣੇ ਜਦ ਜ਼ਰੂਰਤ ਨਹੀਂ ਸਮਝਾਉਂਦੇ ਫਿਰ ਉਹੀ ਹੈ ਸਰ ਵੀ ਪੂਰੀ ਧਰਤੀ ਇੱਕ ਬੰਦੇ ਦਾ ਲਾਲਚ ਨਹੀਂ ਪੂਰੀ ਕਰ ਸਕਦੀ ਪਰ ਸਾਰਿਆਂ ਦੀ ਜ਼ਰੂਰਤ ਜ਼ਰੂਰ ਪੂਰੀ ਕਰ ਸਕਦੀ ਤੁਹਾਨੂੰ ਆਪਣੇ ਨਾਲ ਪਿੰਡ ਵਿੱਚ ਲੱਗਾ ਪਰਿਵਰਤਨ ਤੁਹਾਡੀਆਂ ਇਹਨਾਂ ਗੱਲਾਂ ਨਾਲ ਆਇਆ ਸਰ ਇਹ ਪਿੰਡ ਕੋਈ ਇਹਨਾਂ ਕੰਮ ਕਰਿਆ ਨਹੀਂ ਜਿੰਨਾ ਦੋਸਤਾਂ ਨੇ ਕਰਿਆ ਉਹ ਚੇਂਜਸ ਜ਼ਰੂਰ ਲੱਗੇ ਨੇ ਜਿਹੜਾ ਪ੍ਰਸ਼ਨ ਪ੍ਰੋਫੈਸਰ ਬੇਦੀ ਨੇ ਪੁੱਛਿਆ ਜਦੋਂ ਵੀ ਕਿਸੇ ਤੋਂ ਜਿਹੜਾ ਬੰਦਾ ਐਸੇ ਕੰਮ 'ਚ ਲੱਗਦਾ ਹੈ ਔਰ ਜੇ ਉਹ ਠੀਕ ਦਿਸ਼ਾ ਨਾਲ ਨਾ ਲੱਗਿਆ ਹੋਵੇ ਤਾਂ ਉਹਨੂੰ ਜਦੋਂ ਕੋਈ ਪੁੱਛਦਾ ਨਾ ਤੇਰੇ ਇਸ ਤਰ੍ਹਾਂ ਕਰਨ ਨਾਲ ਤੇਰੇ ਪਿੰਡ ਵਿੱਚ ਵੀ ਕੋਈ ਫਰਕ ਆਇਆ ਉਹ ਕਹੇਗਾ ਜੀ ਉਹ ਮੇਰੇ ਪਿੰਡ ਦੇ ਲੋਕ ਤਾਂ ਨਹੀਂ ਉਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ ਜਿਹੜਾ ਠੀਕ ਦਿਸ਼ਾ ਜਿਹੜਾ ਉਹ ਜੋਸ਼ ਵਿੱਚ ਕੰਮ ਕਰ ਰਿਹਾ ਹੁੰਦਾ ਨਾ ਇਹਨੇ ਜਵਾਬ ਠੀਕ ਇਹਨੇ ਕਿਹਾ ਹੱਲੇ ਮੈਂ ਪਿੰਡ ਵਿੱਚ ਮੈਂ ਕੰਮ ਨਹੀਂ ਕੀਤਾ ਮਤਲਬ ਇਹ ਹੈ ਕਿ ਜੇ ਪਿੰਡ ਵਿੱਚ ਪਰਿਵਰਤਨ ਆਉਣਾ ਹੈ ਉਹਦੇ ਵਾਸਤੇ ਮੈਨੂੰ ਕੰਮ ਕਰਨਾ ਪਏਗਾ ਜਦੋਂ ਮੈਂ ਕਰਾਂਗਾ ਤਾਂ ਉਹ ਵੀ ਹੋ ਜਾਏਗਾ ਹੱਲੇ ਮੈਂ ਆਪਣੇ ਦੋਸਤਾਂ ਨਾਲ ਕੰਮ ਕਰ ਲੇਕਿਨ ਆਮ ਤੌਰ 'ਤੇ ਜਿਹੜੇ ਬਾਹਰ ਸੋ ਕਾਲਡ ਭਲਾ ਕਰਨ ਵਾਲੇ ਲੋਕ ਉਹਨਾਂ ਨੂੰ ਪੁੱਛੋ ਨਾ ਉਹ ਬਹੁਤ ਕੁਝ ਦੱਸਣਗੇ ਵੀ ਕੀਤਾ ਉਹ ਵੀ ਕੀਤਾ ਉਹ ਵੀ ਕੀਤਾ ਜੇ ਤੁਸੀਂ ਆਪਣੇ ਘਰ 'ਚ ਕੀਤਾ ਮੇਰੇ ਘਰ 'ਚ ਤਾਂ ਸਾਰੇ ਹੀ ਵਿਗੜੇ ਮੇਰੇ ਘਰ 'ਚ ਨਹੀਂ ਕੁਛ ਸੁਣਨ ਤਾਂ ਇਹ ਜਿਹੜੀ ਸਭ ਤੋਂ ਵੱਡੀ ਸਮਝ ਹੈ ਕਿ ਨਹੀਂ ਜੇ ਮੈਂ ਸਮਝ ਸਕਦਾ ਤਾਂ ਹਰ ਕੋਈ ਸਮਝ ਸਕਦਾ ਮੈਂ ਸਮਝਣ ਵਾਸਤੇ ਕੁਛ ਪਰਿਸ਼ਰਮ ਕੀਤਾ ਔਰ ਜਦੋਂ ਬਾਕੀਆਂ ਨਾਲ ਵੀ ਇਹ ਪਰਿਸ਼ਰਮ ਹੋਏਗਾ ਮੇਰੇ ਨਾਲ ਕਿਸੇ ਹੋਰ ਨੇ ਪਰਿਸ਼ਰਮ ਕੀਤਾ ਤਾਂ ਮੈਂ ਅੱਜ ਇਸ ਸਥਿਤੀ 'ਚ ਥੋੜ੍ਹਾ ਜਿਹਾ ਮਹਿਸੂਸ ਕਰ ਰਿਹਾ ਆਪਣੇ ਆਪ ਮੈਂ ਵੀ ਕਿਸੇ ਹੋਰ ਨਾਲ ਪਰਿਸ਼ਰਮ ਕਰਾਂਗਾ ਤਾਂ ਉਹਦੇ ਅੰਦਰ ਵੀ ਉਸ ਤਰੀਕੇ ਦੇ ਪਰਿਵਰਤਨ ਧਿਆਨ 'ਚ ਆਉਣਗੇ ਇਹ ਮੈਨੂੰ ਜਵਾਬ ਜੋ ਬੇਦੀ ਸਾਹਿਬ ਨੇ ਪੁੱਛਿਆ ਤਾਂ ਇੱਕ ਸਹਿਜ ਦੀ ਗੱਲ ਮੈਂ ਕਿਹਾ ਕਿ ਜੇ ਇਹ ਜਵਾਬ ਦਿੱਤਾ ਤਾਂ ਫਿਰ ਮਾਮਲਾ ਬੜਾ ਗੜਬੜ ਹੋ ਜਾਣਾ ਲੇਕਿਨ ਬਿਲਕੁਲ ਠੀਕ ਜਵਾਬ ਤਿੰਨ ਲੱਕੀ ਫੀਲ ਕਰਦੇ ਜਦੋਂ ਗਗਨ ਸਰ ਉਹਨਾਂ ਨੇ ਹੁਣ ਆ ਕੇ ਵਰਕਸ਼ਾਪ ਲਾਈ ਵੀ ਇੰਨੀ ਪਹਿਲਾਂ ਲਾਈ ਜ਼ਿੰਦਗੀ ਬਹੁਤ ਸੌਖੀ ਲੱਗਦੀ ਹੈ